ਅਸਲਾਮੁਅਲੈਕਮ ਤੇ ਹਲੋ ਵਲੌਗ ਕਰਨਾ ਸ਼ੁਰੂ ਹੋ ਗਿਆ। ਤੁਸੀਂ ਅੱਜ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਸਬਸਕ੍ਰਾਈਬ ਕਰ ਲਓ, ਲਾਈਕ ਕਰ ਲਓ। ਅਤੇ ਮੈਂ ਅੱਜ ਦੱਸਾਂ ਰਮਜ਼ਾਨ ਮੁਬਾਰਕ ਦਾ, ਅਤੇ ਮਹੀਨਾ ਇੱਕ ਬਾਅਦ ਵੀਡੀਓ ਮੇਰੀ ਅਪਲੋਡ ਹੋ ਜਾਂਦੀ ਹੈ ਕਿਉਂਕਿ ਕੋਈ ਦਿਲ ਨਹੀਂ ਕਰਦਾ। ਅਤੇ ਹੁਣ ਵੇਖਦੇ ਕੋਈ ਬਾਹਰ ਤੁਰ ਫਿਰ ਕੇ ਅਤੇ ਗੂਰ ਦੇ ਫਲ ਔਰ ਗੂਰ ਦੇ ਉੱਤੇ ਪੱਤੇ ਆਉਣਾ ਸ਼ੁਰੂ ਹੋ ਗਏ। ਕਿਆ ਥੱਲੇ ਨਿੱਕਾ ਜਿਹਾ ਬੂਟਾ ਉੱਡਦਾ ਵੈ ਨਾਰ ਤੋਂ ਬਾਅਦ ਵੇਖਿਆ, ਅਤੇ ਅਮਰੂਦ ਜੋ ਰਾਤ ਕੀ ਚੰਗੇ ਪੈਂਦੇ ਪਏ, ਅਮਰੂਦ ਬਾਲ ਜੀ ਚੰਗੇ ਪੈ ਰਹੇ ਨੇ ਐਤਕੀ। ਉੱਥੋਂ ਅੰਬ ਦੇ ਪੱਤੇ ਵੀ ਚੰਗੇ ਨਿਕਲ ਆਉਂਦੇ ਆ, ਦਾਲ ਸ਼ਾਵ ਲਾ ਕੇ ਤਾਂ ਇੱਧਰ ਨਿਕਲੇ ਨੇ ਫੁੱਲ, ਉੱਥੋਂ ਚੰਗੇ ਹੋਏ ਵਾਹ ਵੀ ਪੇ ਹਨ। ਅਤੇ ਸਵੇਰੇ ਲਾ ਕੇ ਅਤੇ ਪਾਇਆ ਅਤੇ ਕਬਰਸਤਾਨ ਹੁਣ ਜਾਂਦੇ ਹਾਂ ਬਾਹਰ, ਕੀ ਫਿਰ ਡੁਣ ਜਾਂਦੇ ਹਾਂ ਵਿਹਲੇ ਜੋ ਕੋਈ ਪ੍ਰੋਗਰਾਮ ਹੋਇਆ ਜੀ ਕਰਾਂਗੇ। ਇੱਕ ਥਾਂ ਜਾਣਾ ਸੀ ਜੇ ਤਾਂ ਵੀਡੀਓ ਬਣਾ ਸਕੂਲ ਵੀ ਜਾਣਾ ਪੈਂਦਾ ਹੈ, ਰਾਤ ਸਕੂਲ ਜਾਓ ਕੱਪੜੇ ਪਾਏ ਨੇ ਘਰ ਜਾਣੇ ਅੱਜ ਗੋਰੀਲਾ ਟ੍ਰਾਈਪੋਡ ਦਾ ਮਾਲ ਕੀਤਾ, ਹੁਣ ਘਰ ਨੇ ਦਰਵਾਜ਼ਾ ਬੰਦ ਅਤੇ ਫੇਜ ਨਾ ਵੀ ਕਰ ਲਿਆ ਧੋਣਾ ਜਿਹੜਾ ਗਾਲੀ ਵਾਲਾ ਰਹਿ ਗਿਆ ਉਹਨੂੰ ਵੀ ਕਰ ਲਿਆ। ਪਹੁੰਚਾਉਂਦੇ ਹਾਂ ਬਾਹਰ ਮੈਂ ਘਰ, ਅਤੇ ਉੱਥੇ ਆ ਕੇ ਜੋ ਪ੍ਰੋਟੀਨ ਮਿਲਿਆ ਜੀ ਰੋਜ਼ਾ ਖੋਲ੍ਹਿਆ ਖਾਣਾ ਰੋਜ਼ਾ ਖੋਲ੍ਹਿਆ ਧੋਣ ਖਾਂਦੇ ਹਾਂ ਅੱਜ ਉਹੀ ਹੁੰਦਾ ਯਾਰ ਜਿਹੜੇ ਸ਼ਾਮ ਕਰੀ ਜੀ ਤਾੜੀ ਤਾੜੀ ਦੇ ਵਿੱਚ ਚਾਟ, ਉਸ ਤੋਂ ਬਾਅਦ ਸਮੋਸੇ ਕੇਲੇ ਖੱਖੜੀਆਂ ਜੂਸ ਅਤੇ ਮਿੱਠਾ ਪਾਣੀ ਲਿਆ ਉਹਦਾ ਆਹ ਬਰਫ ਵਾਲਾ ਮਿੱਠਾ ਪਾਣੀ ਕੈਚਰ ਨਾਲ ਚਾਟ ਪੂਰਾ ਮਸਤ ਮਾਹੌਲ ਜਦੋਂ ਦਾ ਕਲਰ ਫੇਰਦਾ ਚੰਗਾ ਲੱਗਾ ਚੰਗਾ ਲੱਗਾ।